ਏ ਆਕਾਸ਼ਵਾਣੀ ਜੰਮੂ ਹੈ ਬੜਲਾ ਖਬਰਿੰਚ ਤੁੰਦਾ ਸਵਾਗਤ ਪਹਿਲੇ ਮੁੱਖ ਮੁੱਖ ਖਬਰੇ ਕਰਨੇ ਮੈਂ ਵਿਜੇ ਬਜਾਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਲੋਕਾਂ ਚ ਵਿਲੇ ਦਿਵਸ ਮਨਾ ਕਰਦੇ ਅਜਤ ਰੋਜ਼ ਜੰਮੂ ਕਸ਼ਮੀਰ ਦਾ ਭਾਰਤ ਕਰਨੇ ਵਿਲੇ ਹੋਆ ਹ ਇਸ ਮੌਕੇ ਪਰ ਕਈ ਕਾਰਜਕਰਮ ਬਿਲਵਾਏ ਜਾ ਕਰਦੇ ਨੇ ਫੌਜ ਦੇ ਬਰਿਸ਼ਟ ਕਮਾਂਡਰ ਨੇ ਦਿੱਲੀ ਚ ਅਜਾ ਤਮਾ ਸ਼ੁਰੂ ਹੋਆ ਕਰਦੇ ਚੌਂ ਤਿਆੜੇ ਦੇ ਸੰਮੇਲਨ ਦਰਨ ਪੂਰਵੀ ਲੱਦਾਖ ਤੇ ਹੋਰ ਨੇ ਸੰਵੇਦਨਸ਼ੀਲ ਇਲਾਕੇ ਚ ਭਾਰਤ ਦੇ ਯੁੱਧ ਸਰਬੰਧੀ ਤਿਆਰੀਆਂ ਦਾ ਵਿਆਪਕ ਆਕਲਨ ਕਰਨ ਹਨ ਭਾਰਤ ਨੇ ਕੋਵਿਡ ਮਹਾਂਮਾਰੀ ਖਿਲਾਫ ਲੜਾਈ ਚ ਇੱਕ ਇਤਿਹਾਸਿਕ ਉਪਲਬਧੀ ਹਾਸਲ ਕੀਤੀ ਹੈ। ਭਾਰਤ 'ਚ ਇਸ ਮਹਾਂਮਾਰੀ 'ਤੇ ਮਾਟੀਕੋ ਨਿਆਲੰਦੀ ਦਰ 90% ਦੇ ਪਾਰ ਪੁੱਜ ਗਈ ਹੈ। ਤੇ ਪਾਕਿਸਤਾਨ 'ਚ ਵੱਡੀ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾ ਠਾਟਾਂ ਅਤੇ ਪੂਰੇ ਮੁਲਕ 'ਚ ਚਲਾਏ ਗਏ ਦੇ ਅਭਿਆਨ ਦੇ ਸੈਦਤਾਰੂ ਪਰ ਕੱਲ ਤਰੀ ਵੱਡੀ ਸਾਂਝੀ ਰੈਲੀ ਕੱਢੀ। ਖਬਰਾਂ ਦੀ ਤਫਸੀਲ ਕਰਨੇ ਜਗਮੋਹਨ ਸ਼ਰਮਾ। जम्मू कश्मीर के लोग इस प्रदेश अदेश भारत के विलय चेते विले, विले दिवस मना कर करे छब्बी अक्टूबर भारत के इतिहास एक मता महत्वाला ध्याा है जूं उन्नीस सौ संताली च उस जमू कश्मीर रियासत के हुक्मरान महाराजा हरि सिंह हो विले विलय पत्र पर दस्खत करिए जम्मू कश्मीर के भारत कन्न संपूर्ण विले विलय बत पदरी करी दी इस दस्तावेज पर दस्तखत करने च लगे चिर करी पाकिस्तानी फौज ने बई अक्टूबर उन्नीस सौ संताली जमू कश्मीर पर चढ़ाई कर जबरन इस रियासत की अपने ਸਿਸਲਾਨੇ ਦੀ ਕੋਸ਼ਿਸ਼ ਕੀਤੀ ਹੀ ਵਿਲੇ ਪੱਤਰ ਉਪਰ ਦਸਕਤੋਂ ਜਾਣ ਦੇ ਬਾਅਦ 27 ਅਕਤੂਬਰ 1947 ਕੀ ਭਾਰਤੀ ਫੌਜ ਦਾ ਪਹਿਲਾ ਦਲ ਹਵਾਈ ਰਸਤੇਆ ਸ਼੍ਰੀਨਗਰ ਉਤਰਿਆ ਤੇ ਕਸ਼ਮੀਰ ਪਰ ਜੋ ਮੌਜਿਆਤੀ ਤੇ ਲੁੱਟਮਾਰ ਕਰ ਰਹੇ ਕਬਾਇਲੀਏ ਜਿਨਨੇ ਕੀ ਪਾਕਿਸਤਾਨੀ ਫੌਜ ਨੇ ਪਹਾੜੇ ਪਰ ਥੇ ਭੇਜੇ ਦਾ ਉਹਨੇ ਕੀ ਨਸਾ ਇਹ ਜੋ ਕਸ਼ਮੀਰ ਦੀ ਧਰਤੀ ਤੇ ਲੋਕਾਂ ਦੀ ਰੱਖਿਆ ਕੀਤੀ ਜੋ ਕਸ਼ਮੀਰ ਚ ਵਿਲੇ ਦਿਵਸ ਦੇ ਸਿਲਸਿਲੇ ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆਗੇ ਤੇ ਇਸ ਯਾਦਗਾਰੀ ਦਿਹਾੜੇ ਕੀ ਮਨਾਣ ਲਈ ਕਈ ਸਮਾਰੋਹ ਦਸਰਿਸ਼ਤਾ ਕੀਤਾ ਜਾ ਕਰਤਾ ਗਿਆ ਹੈ भारतीय जनता पार्टी ਦੇ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨੋਰੇ ਪੱਕਾ ਕੀਤਾ ਹੈ ਜੇ ਵਿਲੇ ਦਿਵਸ ਕੀ ਜੰਮੂ ਕਸ਼ਮੀਰ ਚ 15 ਅਗਸਤ ਨੇ ਸਮਾਰੋਹ ਦੇ ਦੌਰਾਨ ਪਰ ਬਣਾਇਆ ਜਾਗ ਤੇ ਬੀਜੇਪੀ ਦਾ ਹਰ ਇੱਕ ਲੀਡਰ ਤੇ ਕਾਰਜਕਰਤਾ ਇਸੇ ਸ਼ੈਲ ਵੱਡੇ ਪੈਮਾਨੇ ਉਪਰ ਮਨਾਣੇ ਚ ਆਪਣਾ ਯੋਗਦਾਨ ਦੇਗ ਉਹਨੇ ਕਿਹਾ ਜੇ ਕੇਂਦਰੀ ਮੰਤਰੀ ਮੰਡਲ ਥਾਮਾ ਸੀਨੀਅਰ ਮੰਤਰੀ ਵੀ ਇਸ ਮੌਕੇ ਉਹਨੇ ਕੀ ਸੰਬੋਧਿਤ ਕਰਨ ਗਨ ਕਿ ਜੇ ਇਹ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਲਈ ਇੱਕ ਖਾਸ ਮੌਕਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ ਰਾਸ਼ਟਰੀ ਸਤਰਕਤਾ ਤੇ ਭ੍ਰਸ਼ਟਾਚਾਰ ਰੋਧਿਕ ਸੰਮੇਲਨ ਦਾ ਉਦਘਾਟਨ ਕਰਨਗੇ ਜਿਸ ਦਾ ਵਿਸ਼ੇਗ ਸਤਰਕ ਭਾਰਤ ਸਮਰਿੱਧ ਭਾਰਤ केंद्रीय जच ब्यूरो सीबीआई आसिया सी कीता जा है मुल्ख हर बरे सताई अक्टूबर को दो नवंबर तर सतर्कता जागरूकता सप्ताह मनाया जाता है जिस सिलसिले में इस सम्मेलन का सरिस्ता किया जाता है त्रं दिन तीर चलने सम्मेलन में विदेशी न्यायाधिकार क्षेत्र च जच की चुनौती बैंक धोखाधड़िया तो इंद रोकथाम साभ लेखें की असरदार ढंगे सर जच भ्रष्टाचार पर रोक लाने संबंधी कानून ਆਲੀਆ ਸੰਸ਼ੋਧਨ ਸਾਈਬਰ ਅਪਰਾਧ ਤੇ ਆਰਥਿਕ ਅਪਰਾਧ ਜਨੇ ਬਕਬਕ ਮੁੱਦੇ ਪਰ ਚਰਚਾ ਕੀਤੀ ਜਾਗ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰ ਸੰਮੇਲਨ ਦੇ ਉਦਘਾਟਨ ਸਤਰ ਕੀ ਸੰਬੋਧਿਤ ਕਰਨਗਨ ਪੂਰਵੀ ਲਦਾਖ ਤੇ ਚੀਨ ਕਰਨੇ ਲੱਗਦੀ ਅਸਲ ਕਬਜ਼ਾ ਰੇਖਾ ਤੇ ਉਹਨੇ ਸੰਵੇਦਨਸ਼ੀਲ ਇਲਾਕੇ ਚ ਭਾਰਤੀ ਫੌਜ ਦੀਆਂ ਕਾਰਵਾਈਏ ਤੇ ਯੁੱਧ ਸਰਬੰਧੀ ਤਿਆਲਕੀ ਦੀ ਸਮੀਖਿਆ ਕਰਨ ਲਈ ਫੌਜੀ ਕਮਾਂਡਰਾਂ ਦਾ ਚਾਰ ਰੋਜ਼ਾ ਸੰਮੇਲਨ ਅਜਨਬੀ ਦਿੱਲੀ 'ਚ ਸ਼ੁਰੂ ਹੋਆ ਕਰਤਾ ਗਿਆ ਹੈ ਸੈਨਾ ਪ੍ਰਮੁੱਖ ਜਨਰਲ ਮਨੋਜ ਮੁਕੁੰਦ ਨਰਵਨੇ ਇਹਦੀ ਅਥਕਸ਼ਾ ਕਰਗਨ ਜਿਸਲੇ ਕਿ ਫੌਜ ਦੇ ਸਭ ਤੋਂ ਵੱਡੇ ਕਮਾਂਡਰ ਫੌਜ ਮੁਖਿਆਲੇ ਦੇ ਪ੍ਰਿੰਸੀਪਲ ਸਟਾਫ ਅਫਸਰ ਤੇ ਹੋਰ ਸੀਨੀਅਰ ਅਫਸਰ ਵੀ ਇਹਦੇ 'ਚ ਸ਼ਿਰਕਤ ਕਰਨਦ ਹਨ ਰੱਖਿਆ ਮੰਤਰੀ ਰਾਜਨਾਥ ਸਿੰਘ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿੰਨ ਰਾਵਤ ਨੌਜ ਸੈਨਾ ਅਧਿਕਾਰੀ ਐਡਮਿਰਲ ਕਰਮਪੀਰ ਸਿੰਘ ਤੇ ਵਾਯੂ ਸੈਨਾ ਪ੍ਰਮੁੱਖ 에ਅਰ ਚੀਫ ਮਾਰਸ਼ਲ ਆਰ ਕੇ ਐਸ ਫਦੋਰੀਆ कल सम्मेलन संबोधित करं दिन तगर चलने इस सम्मेलन जो पूर्वी लद्दाख के अलावा जम्मू कश्मीर के बख बक हिस्सों च सुरक्षा चुनौतियों बारे हर पहलू पर सोच विचार कोविड 19 ਦੇ ਕਸਰੀਆਂ ਦੇ ਨਰੋਇਓ ਨੇ ਦੇ ਦਰ 90% ਹੋ ਗਈ ਹੈ ਤੇ ਅਜੇ ਤੋੜੀ 70,78,000 ਕੁਲਾਮਤੇ ਕਰੋਨਾ ਕਸਰੀ ਬੱਲੋ ਹੀ ਚੁਕੇ ਨੇ ਦੇ ਸੱਚ ਇਸ ਲਈ 6,68,154 ਮਰੀਜ਼ਾਂ ਦਾ ਇਲਾਜ ਚਲਾ ਕਰਦਾ ਗਿਆ ਹੈ ਰੋਜ਼ ਦੇ ਰੋਜ਼ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜੁਬਾਦਾ ਮਰੀਜ਼ਾਂ ਦੀ ਗਿਣਤੀ ਚੁਪਰੋਤਲੀ ਕਮੀ ਤੇ ਮਰਨ ਵਾਲੇ ਦੀ ਦਰ ਘਟੋਣ ਦੇ ਕੰਨੇ ਮੁਲਕਾ ਚ ਸਕਰੀਏ ਮਾਮਲੇ ਦੀ ਗਿਣਤੀ ਜ ਵੀ ਕਮੀ ਦਰਜ ਕੀਤੀ ਜਾ ਕਰਦੀ ਹੈ ਇਲਾਜ ਕਰਵਾ ਕਰਦੇ ਮਰੀਜ਼ਾਂ ਦੇ ਮੁਕਾਬਲੇ ਨਰੋਇਓ ਨੇ ਵਾਲੇ ਦੀ ਗਿਣਤੀ ਲਗਭਗ 10 छह गुना माता है तों जम्मू कश्मीर कल कोरोना के पांच सौ बत्ती नये मामले सामने आने कदेश च कुल मामलों की गिनरी बानवे हजार अट्ठ सौ घाट है इ नमें मामले चा एक सौ सतर जम्मू त्रै सौ पचुंजा कश्मीर घाटी थे एद्द अलावा कल केन्द्र शासित प्रदेश अट्ठे जने की कोरोना करी मौत भी हो गई जै जम्मू पंज कश्मीर प्रांत बसनीक हे जम्मू कश्मीर कल छे सौ उन्ताली कोरोना कस्टिंग के नरो होने पर बख बख अस्पतालों छुट्टी भी दे दी गई इं चा दो सौ त्रेंह जम्मू प्रांत त्रै सौ छिहत्र कश्मीर घाटी तो पाकिस्तान दिए बड़ी विरोधी पार्टियों कल उपरोतली त्रीय रोज भी क्वेटा च राष्ट्रव्यापी विरोध प्रदर्शन के हिस्से तौर ते पर रैली कड़ी प्रधानमंत्री इमरान खान हो सत्ता हटाने लिए जोर भर 20 ਨਵੰਬਰ ਕੀ ਬਣਾਈ ਗਈ 11 ਵਿਰੋਧੀ ਪਾਰਟੀਆਂ ਦੀ ਤਨਜ਼ੀਮ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ ਨੇ ਇਸ ਮਹੀਨੇ ਚ ਗੁਜਰਾਵਾਲਾ ਤੇ ਕਰਾਚੀ ਚ ਵੀ ਵੱਡੀਆਂ ਰੈਲੀਆਂ ਕੱਟੀਆਂ ਕੱਲ ਕੋਟਾ ਦੇ ਆਯੂਬ ਸਟੇਡੀਅਮ ਚ ਰੈਲੀ ਸ਼ੁਰੂ ਹੋਣ ਦੇ ਵੇਲੇ ਇੱਕ ਤਮਾਕਾ ਹੋਆ ਜ ਜਦੇ ਚਤਰਾਮ ਜਨਦੀ ਮੌਤ ਹੋਈ ਗਈ ਤੇ ਸੱਤੇ ਧੂਏ ਦੇ ਕਾਲੋਂ ਦੀ ਵੀ ਖਬਰ ਹੈ ਪੁਲਸਾਂ ਮੁજબ ਇਹ ਵਿਸਪੋਰਟਰ ਇੱਕ ਮੋਟਰਸਾਈਕਲ 'ਚ ਰੱਖਿਆ ਗਿਆ ਦਾ ਹ। ਧਮਾਕਿਆਂ ਦੇ ਬਾਵਜੂਦ ਵੀ ਪ੍ਰਦਰਸ਼ਨਕਾਰੀਆਂ ਰੈਲੀ ਚਾਲੀ ਰੱਖੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਗੁੱਟ ਦੇ ਸਰਪ੍ਰਸਤ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫੋ ਨੇ ਲੰਡਨ 'ਤੋਂ ਵੀਡੀਓ ਲਿੰਕ ਰਾਹੀਂ ਰੈਲੀ ਦੀ ਸੰਬੋਧਿਤ ਕੀਤਾ ਤੇ ਪਾਕਿਸਤਾਨ ਦੇ ਮੌਜੂਦਾ ਅਲਾਤ ਲਈ ਸੈਨਾ ਪ੍ਰਮੁਖ ਜਨਰਲ ਕਮਰ ਜਾਵੀਦ ਬਾਜਵਾ ਤੇ ਆਈਐਸਏਆਈ ਦੇ ਡਾਇਰੈਕਟਰ ਜਨਰਲ ਲੈਫਟਨੈਂਟ ਜਨਰਲ ਫਯਾਜ਼ ਹਮੀਦ ਕੀ ਦੋਸ਼ੀਕਰਤਾ ਤੱਫ ਬਿਜਲੀ ਵਿਕਾਸ ਵਿਭਾਗ ਦੇ ਪ੍ਰਧਾਨ ਸਚਿਵ ਰੋਹਿਤ ਕੰਸਲੋਰੀ ਕੇਂਦਰਪਾਸਿਆ ਪ੍ਰਾਇਮਿਤ ਯੋਜਨਾਇ ਤੇ ਬਿਜਲੀ ਦੇ ਸਮਾਰਟ ਮੀਟਰ ਲਾਉਣ ਦੀ ਸਰਬੰਦੀ ਕਮੇਟਾ ਇੱਕ ਬੈਠ ਦਰਾਂ ਜਾਇਜ਼ਾ ਲੈਂਦਾ ਇਸ ਮੌਕੇ ਪ੍ਰੋਜੈਕਟ ਦੀ ਤੋੜ ਚਾੜਾ ਕਰਦੀ ਏਜੰਸੀ ਨੇ ਜਾਣਕਾਰੀ ਦਿੱਤੀ ਜਿਉਂਦੀ 15 ਨਵੰਬਰ ਤੋਂ ਸ਼੍ਰੀਨਗਰ ਤੇ ਜੰਮੂ ਸ਼ਹਿਰਾਂ ਵਿੱਚ ਸਮਾਰਟ ਮੀਟਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਗ ਪਹਿਲੇ ਗੇੜ ਦੇ ਤਹਿਤ 20000 ਮੀਟਰ ਲਾਏ ਜਾਣਗੇ ਤੇ ਇਹ ਪ੍ਰਕਿਰਿਆ ਉਸਲੇ ਤੱਕਰ ਮਰਲੇਵਾਰ ਤਰੀਕੇ ਕਰਨ ਚਾਰੀ ਰਹੂਗਾ ਜਿਸਲੇ ਤੱਕਰ ਮਨਜ਼ੂਰ ਕੀਤੇ ਗਏ ਸਭੇ 2 ਲੱਖ ਮੀਟਰ ਨੇ ਇਲਾਇ ਦਿੱਤੇ ਜਾਂਦੇ ਬੈਠਕ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਜੇ ਇਸ ਪ੍ਰੋਜੈਕਟ ਕਨੇ ਜੁੜੇ ਦੇ ਅਫਸਰੇ ਦੱਸਿਆ ਕਿ ਸਮਾਰਟ ਮੀਟਰ ਸਥਾਪਿਤ ਕੀਤੇ ਜਾਣੇ ਪ੍ਰੰਤ ਉਪਭੋਗਤਾਵਾਂ ਦੀ ਆਪਣੀ ਬਿਜਲੀ ਦੀ ਖਪਤ ਸਰਬੰਧੀ ਤਰਜ਼ ਬਾਰੇ ਜਾਣਕਾਰੀ ਹਾਸਲ ਹੋਈ ਸਕੋਗ ਉਪਭੋਗਤਾ ਕੀ ਬਿਜਲੀ ਦੀ ਸਪਲਾਈ ਤੇ ਇਹਦੇ ਲੋਡ ਬਾਰੇ ਵੀ ਉਸ ਲਈ ਜਾਣਕਾਰੀ ਹਾਸਲ ਹੋਗ ਜਿਸ ਲਈ ਉਹ ਕਰੰਤ ਮਦੂਰ ਹੋਗ ਅਧਿਕਾਰੀਆਂ ਮੁਜਬ ਸਮਾਰਟ ਮੀਟਰ ਲੱਗਨੇ ਕਰਨੇ ਬਿਜਲੀ ਸਰਬੰਧੀ ਕੰਮੇ ਚ ਪਾਰਦਰਸ਼ਿਤਾ ਯਕੀਨੀ ਬਣੋਗ ਜਿਹਦੇ ਨੇ ਬਿਜਲੀ ਸਰਬੰਧੀ ਨੁਕਸਾਨ ਘਟੋਂਗਨ ਤੇ ਉਪਭੋਗਤਾਵਾਂ ਦੀ ਬਿਜਲੀ ਦੀ ਮਿਆਰੀ ਤੇ ਪਰੋਸੇਜੋਗ ਸਪਲਾਈ ਹਾਸਲ ਹੋਈ ਸਕੋਗ ਲद्दाख ਖੁਦਮੁਖਤਿਆਰ ਪਾੜੀ ਵਿਕਾਸ ਕੌਂਸਲ ਦੀ ਚੋਣਾਂ ਲਈ ਪਾਇਗੇ ਦੇ ਬੂਟੇ ਦੀ ਗਿਣਤਰੀ ਦਾ ਕੰਮ ਅੱਜ ਤ੍ਰਾਂ ਉੱਤਰਿਆਂ ਲਈ ਨਿਗਰ ਸੁਰੱਖਿਆ ਵਿਵਸਥਾ ਹਟਕੀਤਾ ਜਾਗਰ ਅਧਿਕਾਰੀਆਂ ਮੁਜਬ ਜੰਦੀ 22 ਅਕਤੂਬਰ ਕੀ ਹੋਏ ਦੇ ਮਤਦਾਨ ਦੌਰਾਨ ਵਰਤੀ ਗਈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਬੈਲੇਟ ਬਾਕਸਿੰਗ ਦੀ ਸਭ ਨੇ ਸਿਆਸੀ ਪਾਰਟੀਆਂ ਤੇ ਉਹਦੇ ਨੁਮਾਇੰਦਿਆਂ ਦੀ ਮੌਜੂਦਗੀ ਚ ਸਟਰੋਂਗ ਰੂਮ ਚ ਰੱਖੀ ਦਿੱਤਾ ਗਿਆ ਕੁੱਲ 99776 ਪंजीकृत ਮਤਦਾਤਾਜਾਂ ਚ ਤਕਰੀਬਨ 65 ਫੀਸਦੀ ਮਤਦਾਤਾਜਾਂ ਨੇ ਆਪਣੇ ਵੋਟ ਪਾਣੇ ਦਾ ਕਾਇਦਾ ਇਸਤੇਮਾਲ ਕੀਤਾ ਹੈ ਕੁੱਲ 94 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨੇ ਗਿੱਤਾ ਜੰਦੇ ਵੀਰਵਾਰੇ ਲੇ ਜ਼ਿਲ੍ਹੇ ਦੇ ਸਭਨੇ 26 ਅਲਕਿੰਚ ਵੋਟ ਪਾਉਣੇ ਗਿੱਤਾ 294 ਮਤਦਾਨ ਕੇਂਦਰ ਬਣਾਏ ਗਏ ਦੇਖੇ ਨੈਸ਼ਨਲ ਕਾਨਫਰੰਸ ਤੇ ਪੀਪਲਸ ਡੈਮੋਕ੍ਰੈਟਿਕ ਪਾਰਟੀ ਜਨੇ ਖੇਤਰੀ ਦਲ ਨੇ ਚੁਣਾਈ ਥਮਾ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਵੋਟਾਂ ਦੀ ਗਿਣਤੀ ਦਾ ਕੰਮ ਬਦਲਾ 9 ਵਜੇ ਥਮਾ ਸ਼ੁਰੂ ਹੋਆ ਵੋਟਾਂ ਦੀ ਗਿਣਤੀ ਵਾਲੇ ਹਾਲ ਦੇ ਅੰਦਰ ਬਾਹਰ ਸੀਸੀਟੀਵੀ ਕੈਮਰੇ ਲੱਗੇ ਦਿਨ ਸਟਰੋਂਗ ਰੂਮ ਦੀ ਹਿਫਾਜ਼ਤ ਦਾ ਜ਼ਿੰਮਾ ਕੇਂਦਰੀ ਰਿਜ਼ਰਵ ਪੁਲਿਸ ਬਲ ਸੀਆਰਪੀਐਫ ਪਾਸਿਆ ਮੁਸਤੈਦੀ ਕਰਨੇ ਨਿਭਾਇਆ ਜਾ ਰਿਹਾ ਹੈ ਬੁਰਾਈ ਉੱਪਰ ਅੱਛਾਈ ਦੀ ਜਿੱਤ ਦਾ ਪ੍ਰਤੀਕ ਦਸ਼ਹਰੇ ਦਾ ਤਿਆਰ ਕੱਲ ਸਮੂਲਚੇ ਮੁਲਖਾਂ 'ਚ ਪਰੰਪਰਿਕ ਸ਼ਰਧਾ ਕਨੇ ਮਨਾਇਆ ਗਿਆ ਪਰ ਕੋਵਿਡ-19 ਮਹਾਮਾਰੀ ਦੇ ਚਲਦੇ ਵੱਡੇ ਪੈਮਾਨੇ ਪਰ ਸਮਾਰੋਹ ਨਹੀਂ ਲਵਾਏ ਗਏ ਜੰਮੂ ਕਸ਼ਮੀਰ 'ਚ ਵੀ ਮਤੀ ਸਾਰੀ ਥਾਰੇ ਰਾਵਣ ਫੂਕਨੇ ਦੇ ਸਮਾਰੋਹ ਰੱਦ ਕਰ ਦਿੱਤੇ ਗਏ ਤੇ ਜਿੱਥੇ ਕੁਦਰੇ ਵੀ ਰਸਮੀ ਤੌਰ ਉੱਪਰ ਇਹ ਆਯੋਜਨ ਕੀਤਾ ਵੀ ਗਿਆ ਉੱਥੇ ਆਮ ਲੋਕਾਂ ਦੀ ਇਕੱਠੀ ਹੋਣੇ ਦੀ ਖੁੱਲ ਨਹੀਂ ਦਿੱਤੀ ਗਈ ਸੀ ਜੰਮੂ ਦੇ ਪ੍ਰੇਡ ਗਰਾਊਂਡ 'ਚ ਲੱਗਣ ਵਾਲਾ ਦਸ਼ਹਿਰਾ ਸਮਾਰੋਹ ਵੀ ਪ੍ਰਸ਼ਾਸਨ ਪਾਸਿਆਂ ਰੱਦ ਕਰ ਦਿੱਤਾ ਗਿਆ ਨਰਾਤੇ ਦੇ 9ਵੇਂ ਦਿਨ ਦੇ ਦਰਾਂ 39000 ਸ਼ਮਤੇ ਸ਼ਰਧਾਲੂਆਂ ਨੇ ਸ਼੍ਰੀਮਾਤਾ ਵੈਸ਼ਨੋਦੇਵੀ ਜੀ ਦੇ ਦਰਬਾਰ ਅਜ ਮੱਥਾ ਟੇਕਿਆ। ਸ਼੍ਰੀਮਾਤਾ ਵੈਸ਼ਨੋਦੇਵੀ ਸ਼੍ਰਾਇਨਪੁਰ ਦੇ ਅਧਿਕਾਰੀ ਮੁਜਬ ਇਸ ਅਵਧੀ ਦਰਾਂ ਮਾਤਾ ਦੇ ਦਰਬਾਰ ਚ ਮੱਥਾ ਟੇਕਨੇ ਵਾਲੇ ਕੁੱਲ ਸ਼ਰਧਾਲੂਆਂ ਚ 15764 ਸ਼ਰਧਾਲੂ ਜੰਮੂ ਕਸ਼ਮੀਰ ਤੋਂ ਮ ਜਿਸ ਲੇ ਕੇ 24210 ਸ਼ਰਧਾਲੂ ਦੇਸਾਂ ਦੇ ਹੋਰ ਨੇ ਸੰਥਮ ਆਏ ਦੇ। ਜੰਮੂ ਉਦੰਪੁਰ ਰਾਸ਼ਟਰੀ ਚਨਾਲੀ ਛੜਕਾ ਪਰ ਸੁਰੱਖਿਆ ਬਲੇਪਾਸ ਯਾਤਕਲ ਸੰਯ ਕਿਸ ਲੋਕੇ ਦੀ ਸ਼ੂਬੇ ਵਾਲੀ ਨਕਲੋਰ ਕਦ ਦਿਖੇ ਜਾਣ ਦੇ ਬਾਦ ਸ਼੍ਰੀਮਾਤਾ ਵੈਸ਼ਨੋਦੀਵੀ ਯਾਤਰਾ ਦੇ ਆਧਾਰ ਸ਼ਿਵਰ ਕਟਰਾਚ ਸੁਰੱਖਿਆ ਬਵਸਥਾ ਉਰ ਨਿਕਰ ਕਰਤੀ ਗਈ ਹੈ ਐਸਐਸਪੀ ਰਿਆਸੀ ਰਸ਼ਮੀ ਵਜ਼ੀਰ ਹੋਰੇ ਸਾਡੇ ਰਿਆਸੀ ਵਾਲੇ ਜ਼ਿਲ੍ਹਾ ਸੰਵਾਦਦਾਤਾ ਦੇਵਿੰਦਰ ਠਾਕੁਰ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਸਰਬੰਧ ਵਿੱਚ ਖੁਫੀਆ ਜਾਣਕਾਰੀ ਸੀਆਰਪੀਐਫ ਦੀ ਤਰਫਤ ਹੋਈ ਹੈ ਜਿਸ ਦੀ ਧਿਆਨ ਵਿੱਚ ਰੱਖਦੀ ਹੋਈ ਕਟੜਾ ਦੇ ਆਲੇ ਦੁਆਲੇ ਦੇ ਹੋਰ ਨੇ ਇਲਾਕਿਆਂ 'ਚ ਸੁਰੱਖਿਆ ਵਧਾਈ ਦਿੱਤੀ ਗਈ ਹੈ ਤੇ ਕਈ ਥਾਰੇ ਨਾਕੇ ਲਾਈ ਹੈ ਆਉਣੇ ਜਾਣੇ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਸੰਵੇਦਨਸ਼ੀਲ ਇਲਾਕਿਆਂ 'ਚ ਵਿਸ਼ੇਸ਼ ਕਾਰਵਾਈਆਂ ਵਾਲੇ ਐਸਓਜੀ ਗਰੁੱਪ ਗਸ਼ਤ ਕਰਾ ਕਰਦੇ ਨੇ खास खास है केंद्र शासित प्रदेश जम्मू कश्मीर के लोग अलय दिवस मना कर अज जम्मू कश्मीर जम्मू कश्मीर भारत का विलय हो इस मौके पर कई कार्यक्रम भी लौज वरिष्ठ कमांडर नमी दिल्ली च चवा शुरू होते चौंधे के सम्मेलन दौरान पूर्वी लद्दाख के होने संवेदनशील इलाकें भारत के युद्ध सबंधी तैयारियों का व्यापक आंकलन भारत ने कोविड महामारी खिलाफ लड़ाई च एक एतिहासिक उपलब्धि हासिल की भारत ਤਰੀ ਟਮਾਠੀ ਕੋਨੇ ਵਾਲੇ ਦੀ ਦਰ 90% ਦੇ ਪਾਰ ਪੁੱਜ ਚੁੱਕੀ ਹੈ ਤੇ ਪਾਕਿਸਤਾਨ ਚ ਵੱਡੀ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ Imran Khan ਦੀ ਸੱਤਾ ਥਮਾ ਅਟਾਣੇ ਲਈ ਪੂਰੇ ਮੁਲਕਾਇ ਚਲਾਏ ਗਏ ਅਭਿਆਨ ਦੇ ਇਸ ਸਿੱਧੇ ਤੌਰ 'ਤੇ ਕੱਲ ਤਰੀ ਵੱਡੀ ਸਾਂਝੀ ਰੈਲੀ ਕੱਢੀ ਇਹ ਦੇ ਕਨੇਗੇ ਖਬਰਿੰਦਾਇ ਪੁਲਿਟਨ ਸਮਾਪਤ ਹੋਆ